ਜੀਐਸਕੇ ਟੀਵੀ ਦਾ ਧਾਰਮਿਕ ਉਪਰਾਲਾ। ਹਾਜ਼ਰ ਹਜ਼ੂਰ ਜਾਹਰ ਜਹੂਰ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਮੱਸਿਆ ਦੇ ਦਿਹਾੜੇ 'ਤੇ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰਸੰਗਤ ਜੀ ਪਿਆਰ ਦਿਓ ਚਰਨੀ ਲਾਓ ਗੁਰਫਤਿਹ ਬੁਲਾਓ। ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਬਚਨ ਮੈਂ ਕਲਗੀਧਰ ਪਾਤਸ਼ਾਹ ਦਾ ਆਪ ਜੀ ਨੂੰ ਦੁਹਰਾਉਣਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਤਾਂ ਫਤਿਹ ਬੁਲਾਊ ਮੇਰਾ ਗੁਰਸਿੱਖ ਗੱਜ ਕੇ ਉਹਦੇ ਵੱਲੇ ਸਾਡਾ ਮੁੱਖ ਹੋਊਗਾ। ਜਿਹੜਾ ਫਤਿਹ ਬੁਲਾਵੇ ਢਿੱਲੀ ਉਹਦੇ ਵੱਲੇ ਸਾਡਾ ਖੱਬਾ ਮੋਢਾ ਤੇ ਜਿਹੜਾ ਫਤਿਹ ਉਸ ਤੋਂ ਵੀ ਢਿੱਲੀ ਬੁਲਾਵੇ ਉਹਦੇ ਵੱਲੇ ਸਾਡਾ ਸੱਜਾ ਮੋਢਾ ਤੇ ਜਿਹੜਾ ਬਿਲਕੁਲ ਬੁਲਾਵੇ ਹੀ ਨਾ ਤੇ ਉਹਦੇ ਵੱਲੇ ਮਹਾਰਾਜ ਕਹਿੰਦੇ ਸਾਡੀ ਪਿੱਠ ਹੋਊਗੀ। ਆਓ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਇਕਾਗਰਤਾ ਬਣਾਓ, ਪਿਆਰ ਨਾਲ ਫਤਿਹ ਬੁਲਾਓ। ਸਮੂਹਗੁਰ ਸੰਗਤ ਆਖੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਬੜੇ ਉੱਤਮ ਕਰਮ ਨੇ ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬਹਿਣ ਦਾ ਸੁਭਾਗ ਮਿਲ ਜੇ, ਭਲਾ ਸੋਚੋਗੇ ਵੀ ਸਾਡਾ ਤਾਂ ਜੀਵਨ ਸਮਰ ਗਿਆ? ਇਹ ਕੋਈ ਪੂਰਬਲੇ ਕਰਮਾਂ ਦੀ ਨਿਸ਼ਾਨੀ ਹੈ, ਕਿਉਂਕਿ ਮਹਾਰਾਜ ਵੀ ਬਾਣੀ ਵਿੱਚ ਮੋਹਰ ਲਾਉਂਦੇ ਨੇ, ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਰਸ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਮੈਲ, ਕੋਈ ਤਾਂ ਪਿਛਲਾ ਕੋਈ ਪੂਰਬਲਾ ਕੀਤਾ ਚੰਗਾ ਕਰਮ ਸਤਸੰਗ 'ਚ, ਜਿਹੜਾ ਆਪਾਂ ਹੁਣ ਬੈਠੇ ਹਾਂ ਨਾ ਸਤਸੰਗਤ ਕਰ ਰਹੇ ਹਾਂ, ਇਹ ਕੋਈ ਆਪਣਾ ਪਿਛਲਾ ਕੀਤਾ ਕਰਮ ਆਪਣੇ ਅੱਗੇ ਆਇਆ ਪੂਰਬਲਾ। ਆਓ ਹੁਣ ਬੇਨਤੀ ਦੋਹਾਂ ਵੀਰਾਂ ਤੋਂ, ਇੱਕ ਇੱਕ ਸ਼ਬਦ ਸੁਣੋ, ਉਸ ਤੋਂ ਬਾਅਦ ਫਿਰ ਆਪਾਂ ਕੋਈ ਕਵਿਤਾ ਬੋਲ ਕੇ ਇਤਿਹਾਸ ਸ਼ੁਰੂ ਕਰਾਂਗੇ। ਆਓ ਪਹਿਲਾਂ ਬੜੇ ਪਿਆਰ ਦਾ ਸ਼ਬਦ ਇਉਂ ਕਾਫ ਕੱਚੀਏ ਦੇਹੀਏ ਬਿਨ ਸਜੇਂਗੀ ਨਿਕਾਫ ਕੱਚੀਏ ਦੇਹੀਏ ਬਿਨ ਸਜੇਂਗੀ ਇੱਥੇ ਕਿਸੇ ਦਾ ਕੋਈ ਵਸਾ ਨਹੀਂ ਓ ਰਸ ਪੀਣਿਆ ਭੌਰਿਆ ਤੋਂ ਬਚ ਜਾਮੀ ਇਹਨਾ ਛੱਡਣਾ ਤੇਰੇ ਵਿੱਚ ਸਾ ਨਹੀਂ ਓ ਫੇ ਫੈਜ ਦੇਖੇ ਫੈਜ ਦੇਖੇ ਲੱਖਾਂ ਹੋਰ ਤੇਰੇ ਤੂੰ ਕਿਤੇ ਮਿਲਣ ਦਾ ਕੌਲ ਇਕਰਾਰ ਵੀ ਦੇ ਹੋਇਆ ਮੈਂ ਝਲਕੀਆਂ ਨਾਲ ਨਾ ਸਬਰ ਆਉਂਦਾ ਕੋਲ ਬੈਠ ਕੇ ਕਦੇ ਦੀਦਾਰ ਵੀ ਦੇ ਜੇ ਕਰ ਆਖਦੇ ਨੇ ਬਖਸ਼ਣ ਹਾਰ ਤੈਨੂੰ ਫੁੱਲਾਂ ਸਾਡੀਆਂ ਮਨੋ ਚਤਾਰ ਵੀ ਦੇ
ਇੰਤਜ਼ਾਰ ਮੇਂ ਉਮਰ ਬਤੀਤ ਹੋ ਗਈ। ਦਰਬਾਰ ਸਿੰਘ ਜਲਵਾ ਇੱਕ ਵਾਰ ਵੀ ਦੇ, ਦਰਬਾਰ ਸਿੰਘ ਜਲਵਾ ਇੱਕ ਵਾਰ ਵੀ ਦੇ। ਅਮਨ ਪਿਆਰ ਅਮਨ ਪਿਆਰ ਏਕਤਾ ਰਹੇ ਉੱਥੇ, ਜਿੱਥੇ ਮਿਸ਼ਨ ਹੈ ਧਰਮ ਦੇ ਬਾਨੀਆਂ ਦਾ, ਸਾਰੇ ਦੇਸ਼ ਦੇ ਭਲੇ ਨੂੰ ਲੋੜ ਜਾਣਾ। ਕਰਮ ਸੂਰ ਮੈਂ ਭਗਤ ਤੇ ਦਾਨੀਆਂ ਦਾ, ਦੁਨੀਆ ਪੂਜਦੀ ਉਹਨਾਂ ਦੀਆਂ ਯਾਦਗਾਰਾਂ, ਦੁਨੀਆ ਪੂਜਦੀ ਉਹਨਾਂ ਦੀਆਂ ਯਾਦਗਾਰਾਂ। ਨਾਮ ਜੱਗ ਤੇ ਨੇਕ ਨਿਸ਼ਾਨੀਆਂ ਦਾ, ਸਮ ਦ੍ਰਿਸ਼ਟੀ ਹੁਣ ਦਰਬਾਰ ਸਿੰਘਾ, ਇਹ ਰੁਤਬਾ ਬਰਮ ਗਿਆਨੀਆਂ ਦਾ, ਇਹ ਰੁਤਬਾ ਬ੍ਰਹਮ ਗਿਆਨੀਆਂ ਦਾ। ਸਮ ਦ੍ਰਿਸ਼ਟੀ ਹੋਣ ਦਰਬਾਰ ਸਿੰਘਾ, ਇਹ ਰੁਤਬਾ ਬਰਮ ਗਿਆਨੀਆਂ ਦਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟ ਚ ਅੰਮ੍ਰਿਤ ਹੈ, ਕਿਉਂਕਿ ਮਹਾਰਾਜ ਵੀ ਕਹਿੰਦੇ ਆ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੇ। ਦੁਨੀਆ ਪੂਜਦੀ ਉਹਨਾਂ ਦੀਆਂ ਯਾਦਗਾਰਾਂ, ਰੱਬ ਦੇ ਆਸ਼ਕਾਂ ਦੀਆਂ ਯਾਦਗਾਰਾਂ ਪੂਜਦੀ ਹੈ ਦੁਨੀਆ। ਉਹ ਆਸ਼ਕ ਨਹੀਂ ਜਿਹੜੇ ਬੱਸਾਂ ਚੜ੍ਹ ਕੇ ਛਤਰ ਖਾ ਲੈਂਦੇ ਆ, ਉਹਨਾਂ ਆਸ਼ਕਾਂ ਦੀ ਗੱਲ ਨਹੀਂ ਮਹਾਰਾਜ ਕਰਦੇ। ਰੱਬ ਦੇ ਆਸ਼ਕ, ਜਿਹੜੇ ਰੱਬ ਦੇ ਆਸ਼ਕ, ਜਿਹਨਾਂ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਆ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਹੈ ਖੈਰ ਦੀਜੇ ਬੰਦਗੀ। ਜਿਹੜੇ ਬੰਦਗੀ ਕਰਦੇ ਆ ਰੱਬ ਦੇ ਪਿਆਰੇ, ਉਹਨਾਂ ਆਸ਼ਕਾਂ ਦੀ ਗੱਲ ਉਹਨਾਂ ਦੀਆਂ ਦੁਨੀਆ ਭਾਈ ਯਾਦਗਾਰਾਂ ਪੂਜਦੀ ਹੈ। ਆਓ ਹੁਣ ਬੇਨਤੀ ਤੁਹਾਡੇ ਪਾਵਨ ਚਰਨਾਂ 'ਚ, ਇੱਥੋਂ ਆ ਵੀ ਕਵਿਤਾ ਬੋਲਣੀ ਹੈ ਤੁਹਾਡੇ ਪਾਵਨ ਚਰਨਾਂ 'ਚ, ਵੀ ਆ ਮਨਮੁੱਖਾਂ ਦੀ ਸੰਗਤ 'ਚੋਂ ਕੀ ਲਾਹਾ ਖੱਟ ਲੇਗਾ। ਕਿਉਂਕਿ ਸੰਗਤ ਦੋ ਪ੍ਰਕਾਰ ਦੀ ਹੈ, ਇੱਕ ਸੰਗਤ ਇੱਕ ਕਸੰਗਤ। ਕਿਉਂਕਿ ਆਪਾਂ ਆਮ ਸਿਆਣੇ ਬਚਨ ਕਹਿੰਦੇ ਨੇ ਵੀ ਜੈਸੀ ਸੰਗਤ ਤੈਸੀ ਰੰਗਤ। ਐ ਬੰਦੇ, ਜੇ ਤੂੰ ਕਸੰਗਤ ਕਰੇਗਾ ਫਿਰ ਤੇਰਾ ਪਾਰ ਉਤਾਰਾ ਨਹੀਂ ਹੋਣਾ। ਮਨਮੁੱਖਾਂ ਨਾਲੋਂ ਪਾਸਾ ਵੱਟ ਕੇ ਤੂੰ ਸਤਸੰਗ ਦੇ ਵਿੱਚ ਆ। ਕਹਿੰਦੇ ਨਾ ਵੀ ਮਾਰੂ ਥਲ ਦੇ ਰੇਤਿਆਂ ਵਿੱਚ ਟਿੱਬੇ ਪਹਾੜ ਹੋਣ 'ਚ, ਜੇ ਉੱਥੋਂ ਕੋਈ ਸੋਚੇ ਵੀ ਮੈਂ ਗੰਗਾ ਜਲ ਦਾ ਮਟਕਾ ਭਰਨੇ ਭਰ ਲੂਗਾ, ਨਹੀਂ ਭਰ ਸਕਦਾ। ਜਦੋਂ ਗੁਰਮੁਖਾਂ ਦੀ ਸੰਗਤ, ਜਦੋਂ ਸੰਗਤ ਸਹੀ ਬੰਦਿਆਂ ਦੀ ਮਿਲ ਗਈ, ਉਦੋਂ ਭਾਈ ਤੇਰਾ ਪਾਰ ਉਤਾਰਾ ਹੋਣਾ। ਲਓ ਬੇਨਤੀ ਤੁਹਾਡੇ ਪਾਵਨ ਚਰਨਾਂ 'ਚ, ਬਈ ਆ ਮਨਮੁੱਖਾਂ ਨਾਲੋਂ ਪਾਸਾ ਵੱਟ, ਸਤਸੰਗ 'ਚ ਆ ਬਾਣੀ ਪੜ੍ਹ। ਆਓ ਬੜੇ ਪਿਆਰ ਦੀ ਕਵਿਤਾ, ਵੀ ਮਨਮੁੱਖਾਂ ਦੀ ਸੰਗਤ ਚੂੰਕਿ ਲਾਹਾ ਖੱਟ ਲੇਗਾ, ਤੈਨੂੰ ਮਾੜਿਆਂ ਦੀ ਸੰਗਤ ਕਰਕੇ ਕੁਛ ਨਹੀਂ ਮਿਲਣਾ, ਚੰਗੇ ਬੰਦਿਆਂ ਦੀ ਸੰਗਤ ਕਰ। ਬੜੇ ਪਿਆਰ ਦੀ ਕਵਿਤਾ। ਓ ਮਨਮੁੱਖਾਂ ਦੀ ਟਾਣੀ ਬਾੜੀ ਸਿੰਬਲ ਰੁੱਖਾਂ ਦੀ, ਸੰਗਤ ਕਰਨੀ ਛੱਡਦੇ ਹੈਂਕੜ ਬਾਜ ਮਨੁੱਖਾਂ ਦੀ। ਓਹ ਕਰਕੇ ਕੋੜ ਵਪਾਰ ਪਲਾ ਤੋਂ ਕੀ ਪਰ ਹਟ ਲੇਗਾ, ਮਨਮੁੱਖਾਂ ਦੀ ਸੰਗਤ ਚੋਂ ਕੀ ਲਾਹਾ ਖੱਟ ਲੇਗਾ। ਆਲੇ ਬੇਰੀ ਦੇ ਮੁੱਢ ਕੇ ਲਿਆ ਹੋ
ਫੇਰੀ ਦੇ ਮੁੱਢ ਕੇ ਲਿਆ ਯਾਰ ਬਣਾ ਕੇ ਕੰਡਿਆਂ ਨੂੰ ਕਰਦਾ ਹਾਂ ਰੋਜ਼ ਕੋ ਸੰਗਤ ਮਾਣੇ ਝੂਲੇ ਠੰਡਿਆਂ ਨੂੰ ਤਨ ਕਰਵਾ ਕੇ ਲੀਰਾ ਆਪੇ ਪਾਸਾ ਵੱਟ ਲੇਗਾ ਆਪੇ ਪਾਸਾ ਵੱਟ ਲੇਗਾ ਮਨ ਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਦੇ ਕਾਲਖ ਤੋਂ ਵੀ ਕਾਲੀ ਕਾਇਆ ਮਨਮੁਖ ਬੰਦੇ ਦੀ ਕਾਇਆ ਮਨਮੁਖ ਬੰਦੇ ਦੀ ਕੂੜ ਕਮਾਉਂਦੀ ਫਿਰਦੀ ਓਏ ਤੇਰੀ ਦੇਹੀ ਗੰਦੇ ਦੀ ਓ ਪੁੰਡਾਂ ਦੇ ਖੱਖਰ ਚੌਂਕੀ ਅੰਮ੍ਰਿਤ ਰਸ ਚੱਟ ਲੇਗਾ ਪੌਂਡਾਂ ਦੇ ਖੱਖਰ ਚੌਂਕੀ ਅੰਮ੍ਰਿਤ ਰਸ ਚੱਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਆਲੇ ਰੰਗ ਤਮਾਸ਼ੇ ਦੇਖਾ ਰੰਗ ਤਮਾਸ਼ੇ ਵੇਖ ਸਕਣ ਨਾ ਦੀਦੇ ਅੰਨਿਆਂ ਦੇ ਦਿੰਦਾ ਬਾਂਸ ਮਠਾਸ ਨਹੀਂ ਤੁਲ ਮਿੱਠੇ ਗੰਨਿਆਂ ਦੇ ਓ ਰਿੜਕ ਅੱਖਾਂ ਦਾ ਦੁੱਧ ਕੀ ਹੋ ਰਿੜਕ ਅੱਖਾਂ ਦਾ ਦੁੱਧ ਕੀ ਮੱਖਣੀ ਪੇੜੇ ਵੱਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਨਾਲੇ ਜੋ ਪੱਥਰ ਨੀ ਭਿੱਜਦਾ ਸਦੀਆਂ ਰਹਿ ਵਿੱਚ ਪਾਣੀ ਦੇ ਸਦੀਆਂ ਰਹਿ ਵਿੱਚ ਪਾਣੀ ਦੇ ਮਨਮੁੱਖਾਂ ਦਾ ਮਨ ਨੀ ਟਿਕਦਾ ਵਿੱਚ ਗੁਰਬਾਣੀ ਦੇ ਮਾਰੋ ਥਲ ਚੋਂ ਗੰਗਾ ਜਲ ਦੇ ਕੀ ਪਰ ਮੱਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਤੇ ਬਣੇ ਫਿਰਨ ਪਟਵਾਰੀ ਗਾਲੜੇ ਉਜੜੇ ਬਾਗਾਂ ਦੇ ਫਿਰਨ ਟੋਲ ਦੇ ਗੰਦਗੀ ਟੋਲੇ ਕਾਲਿਆਂ ਕਾਗਾਂ ਦੇ ਓ ਬਗਲਿਆਂ ਦੇ ਨਾਲ ਹੰਸਾ ਬਗਲਿਆਂ ਦੇ ਨਾਲ ਹੰਸਾ ਤੂੰ ਕਿੱਦਾਂ ਦਿਨ ਕੱਟ ਲੇਗਾ ਤੂੰ ਕਿੱਦਾਂ ਦਿਨ ਕੱਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਤੇਰੇ ਕਿਸੇ ਕੰਮ ਨੀ ਆਉਣੇ ਬੰਦੇ ਆਏ ਕੰਮ ਥੋਰਾਂ ਦੇ ਆਉਣੇ ਇਹ ਕੰਮ ਥੋਰਾਂ ਦੇ ਕੁੱਲ ਦੁਨੀਆ ਤੋਂ ਗੰਦਿਆ ਉਗਣ ਵੇਖੇ ਹੋਰਾਂ ਦੇ ਰੋੜ ਬਛਾ ਕੇ ਹੇਠਾਂ ਕਿਵੇਂ ਨਜ਼ਾਰੇ ਪੱਟ ਲੇਗਾ ਕਿਵੇਂ ਨਜ਼ਾਰੇ ਪੱਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਗੋਰੀ ਸ਼ਾਮ ਬਰਾੜਾ ਸ਼ਾਮ ਬਰਾੜਾ ਨਿਰਨਾ ਕਰਿਆ ਨਹੀਂ ਜਾਣਾ ਨਿਰਨਾ ਕਰਿਆ ਨਹੀਂ ਜਾਣਾ ਪਕੜ ਭੇੜ ਦੀ ਪੂਛ ਕਮਲਿਆ ਤਰਿਆ ਨਹੀਂ ਜਾਣਾ ਓ ਸਾਧੂ ਸੰਗਤ ਖਰ ਲੈ ਫਕਰਾ ਨਾਮ ਚਪਟ ਲੇਗਾ ਫਕਰਾ ਨਾਮ ਚਪਟ ਲੇਗਾ ਮਨਮੁੱਖਾਂ ਦੀ ਸੰਗਤ ਚੌਂਕੀ ਲਾਹਾ ਖੱਟ ਲੇਗਾ ਮੁੱਖਾਂ ਨਾਲੋਂ ਪਾਸਾ ਵੱਟ ਕੇ ਸਤਸੰਗ ਕਰੀਏ
ਗੁਰੂ ਦੀ ਸੰਗਤ ਕਰੀਏ ਜੋ ਗੁਰੂ ਨੇ ਆਪਾਂ ਨੂੰ ਸਿਧਾਂਤ ਬਖਸ਼ਿਆ। ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਸੋ ਮੈਂ ਧੰਨਵਾਦ ਕਰਦੇ ਆਪ ਸਾਰੇ ਸੱਜਣਾਂ ਦਾ, ਕਿਉਂਕਿ ਅੱਜ ਮੱਸਿਆ ਦਾ ਪਾਵਨ ਪਵਿੱਤਰ ਦਿਹਾੜਾ ਹੈ। ਮੱਸਿਆ ਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਮਹਾਂਪੁਰਖ ਸੰਤ ਬਾਬਾ ਸੂਬਾ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਿਹਾ ਹੈ। ਇਹਨਾਂ ਮੈਂ ਦੋਵਾਂ ਵੀਰਾਂ ਦਾ, ਜੋ ਸ਼ਾਮ ਜੀ ਔਰ ਗੁਰਵਿੰਦਰ ਸਿੰਘ ਜੀ, ਮੈਂ ਦੋਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈਕਚਰ ਕਰਨ ਦਾ ਮੌਕਾ। ਸੋ ਹੁਣ ਮੈਂ ਜੋ ਪ੍ਰਸੰਗ ਆਪ ਜੀ ਦੇ ਪਾਵਨ ਚਰਨਾਂ 'ਚ ਬੋਲਣਾ ਹੈ, ਛੇਵੇਂ ਪਾਤਸ਼ਾਹ ਮਹਾਰਾਜ ਦੇ ਚਾਰ ਜੰਗ ਹੋਏ, ਚਾਰ ਜੰਗ, ਮਹਾਰਾਜ ਦੀ ਜੰਗ, ਕਰਤਾਰਪੁਰ ਦੀ ਜੰਗ, ਅੰਮ੍ਰਿਤਸਰ ਸਾਹਿਬ ਦੀ ਜੰਗ ਔਰ ਹਰਗੋਬਿੰਦਪੁਰੇ ਦੀ ਜੰਗ। ਉਸ ਜੰਗ ਦੇ ਵਿੱਚੋਂ ਅੱਜ ਆਪਾਂ ਮਹਾਰਾਜ ਦੇ ਜੰਗ ਦੀ ਜੋ ਤਵਾਰੀਖ ਉਹ ਤੱਕਣੀ ਹੈ। ਆਓ ਹੁਣ ਬੜੇ ਪਿਆਰ ਨਾਲ ਸੁਣੋ। ਛੇਵੇਂ ਪਾਤਸ਼ਾਹ ਦਾ ਸਿੱਖ ਭਾਈ ਵਿਧੀ ਚੰਦ ਜੀ ਘੋੜੇ ਲੈ ਕੇ ਆਇਆ। ਪਹਿਲਾ ਘੋੜਾ ਤੁਹਾਨੂੰ ਪਤਾ ਵੀ ਉਹਨੇ ਘਾਈ ਬਣ ਕੇ ਚੱਕਿਆ। ਉਹਨਾਂ ਨੂੰ ਸੌਂਦੇ ਖੰਦ ਰੋਗੇ ਵਰਗਿਆਂ ਨੂੰ, ਕਾਸ਼ਬ ਬੇਗ ਵਰਗਿਆਂ ਨੂੰ ਸ਼ਰਾਬ ਪਿਆ ਕੇ ਮਦਹੋਸ਼ ਅੰਨੇ ਕਰਕੇ ਉਹਨਾਂ ਤੋਂ ਫਿਰ ਘੋੜਾ ਚੱਕਿਆ ਤੇ ਦੂਸਰਾ ਘੋੜਾ ਫਿਰ ਜੋਤਸ਼ੀ ਬਣ ਕੇ ਘੋੜਾ ਲਿਆਂਦਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਭਾਈ ਕੀ ਡਰੌਲੀ ਬੈਠੇ ਨੇ, ਕਿਉਂਕਿ ਉੱਥੇ ਉਹਨਾਂ ਦੇ ਸਾਧੂ ਜੀ ਹੁੰਦੇ ਸੀ, ਬਾਬਾ ਸਾਈਂ ਦਾਸ ਜੀ। ਉਹਨਾਂ ਕੋਲੇ ਛੇਵੇਂ ਪਾਤਸ਼ਾਹ ਮਹਾਰਾਜ ਬੜਾ ਰਹਿੰਦੇ ਹੁੰਦੇ, ਆਮ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ। ਜਦੋਂ ਬਾਬਾ ਬਿਧੀ ਚੰਦ ਸਾਹਿਬ ਦਸ਼ਾਲੇ ਲੈਣ ਗਏ ਉਦੋਂ ਵੀ ਉਹਨਾਂ ਕੋਲੇ ਹੁੰਦੇ ਭਾਈ ਕੀ ਡਰੌਲੀ ਬੈਠੇ ਸੀ। ਛੇਵੇਂ ਪਾਤਸ਼ਾਹ ਭਾਈ ਕੀ ਡਰੌਲੀ ਬੈਠੇ ਤੇ ਵਿਧੀ ਚੰਦ ਜੀ ਘੋੜਾ ਲੈ ਕੇ ਆ ਗਏ। ਵਿਧੀ ਚੰਦ ਨੂੰ ਕਹਿੰਦੇ ਛੇਵੇਂ ਪਾਤਸ਼ਾਹ ਵਿਧੀ ਚੰਦਾ ਬੇਅੰਤ ਵਰ ਦਿੱਤੇ ਵੀ ਘੋੜਾ ਲਿਆਂਦਾ। ਕਹਿੰਦਾ ਮਹਾਰਾਜ ਮੈਂ ਘੋੜਾ ਕੀ ਲਿਆਉਣਾ, ਮੈਂ ਤਾਂ ਲਲਕਾਰ ਕੇ ਕਹਿ ਆਇਆ ਬਈ ਆ ਜੀ, ਜੇ ਤੇਰੇ 'ਚ ਪਾਵਰ ਹੈ ਕਾਸ਼ ਬੇਗ ਨੂੰ ਮੈਂ ਕਹਿ ਆਇਆ, ਜਿੰਨੇ ਤੇਰੇ ਕੋਲ ਫੌਜ ਹੈ ਚੜਾ ਲਿਆ ਜੀ, ਛੇਵੇਂ ਪਾਤਸ਼ਾਹ ਅਸੀਂ ਭਾਈ ਕੀ ਡਰੌਲੀ ਬੈਠੇ ਹਾਂ। ਛੇਵੇਂ ਪਾਤਸ਼ਾਹ ਕਹਿੰਦੇ ਫਿਰ ਜੰਗ ਦਾ ਮੁੱਢ ਤਾਂ ਤੂੰ ਆਪ ਹੀ ਬੰਨਿਆ ਆਇਆ। ਉਹ ਕਹਿੰਦਾ ਮਹਾਰਾਜ ਹੁਣ ਜੋ ਹੁਕਮ। ਹੁਣ ਉੱਧਰ ਛੇਵੇਂ ਪਾਤਸ਼ਾਹ ਕਹਿੰਦੇ ਵੀ ਜੰਗ ਕਿੱਥੇ ਕਰੀਏ, ਸੰਗਤਾਂ ਕਹਿੰਦੀਆਂ ਜੀ ਮਹਾਰਾਜਾ ਨਥਾਣੇ ਦੀ ਢਾਵ ਹੈ ਅੱਗੇ, ਉੱਥੇ ਆਪਾਂ ਜੰਗ ਕਰਨਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ 3000 ਜਵਾਨ ਸਾਡੇ ਕੋਲੇ ਹੈ। ਜੋਧ ਰਾਏ ਕਹਿਣ ਲੱਗਿਆ, ਬਾਹੀਆਂ ਪਿੰਡਾਂ ਦਾ ਮਾਲਕ ਸੀ ਇਹ ਚੌਧਰੀ, ਬਾਹੀਆਂ ਪਿੰਡਾਂ ਦਾ ਜੋਧ ਰਾਏ। ਜੋਧ ਰਾਏ ਕਹਿਣ ਲੱਗਿਆ, ਕਹਿੰਦਾ ਵੀ 1000 ਜਵਾਨ ਮਹਾਰਾਜ ਤੁਹਾਨੂੰ ਮੈਂ ਭੇਟਾ ਕਰੂੰਗਾ। ਤੇ ਸਲੈਮ ਜੋਧ ਰਾਏ ਦਾ ਛੋਟਾ ਭਾਈ ਕਹਿੰਦਾ ਜੀ ਮੈਂ ਜਰਨਲ ਬਣਾ ਕੇ ਜੋਧ ਰਾਏ ਨੂੰ 1000 ਫੌਜ ਮੈਂ ਭੇਟਾ ਕਰੂੰ। ਸੋ ਗੁਰਮੁਖ ਪਿਆਰੇ ਹੁਣ ਉੱਧਰ ਤਾਂ ਤਿਆਰੀ ਹੋ ਰਹੀ ਹੈ, ਇੱਧਰੋਂ ਸ਼ਾਹਜਹਾਨ ਦਿੱਲੀਓਂ ਲਾਹੌਰ ਆਇਆ। ਉਹ ਕਾਸ਼ਬ ਬੇਗ ਵਰਗੇ, ਸੌਂਦੇ ਖਾਂ ਵਰਗੇ ਕਹਿਣ ਲੱਗੇ ਵੀ ਮਹਾਰਾਜ ਘੋੜਾ ਲੈ ਗਿਆ, ਭਾਈ ਕੀ ਡਰੌਲੀ ਬੈਠੇ ਨੇ, ਸਾਨੂੰ ਲਲਕਾਰ ਕੇ ਗਿਆ। ਹੁਣ ਸ਼ਾਹਜਹਾਨ ਨੇ ਫਿਰ ਦੰਦ ਘੜੀਚੇ, ਜੋਸ਼ ਆਇਆ ਉਹਨੂੰ, ਦਰਬਾਰ ਲਾਇਆ। ਫਿਰ ਅਗਲੇ ਦਿਨ ਕਹਿੰਦਾ ਵੀ ਉੱਠੋ ਕੋਈ ਯੋਧਾ ਜਿਹੜਾ ਛੇਵੇਂ ਗੁਰੂ ਨੂੰ ਮੇਰੇ ਕੋਲੇ ਬੰਨ ਕੇ ਲਿਆਵੇ, ਤੇ ਜਿਹੜੇ ਆ ਦੋ ਘੋੜੇ ਜਿਹੜੇ ਦਿਲ ਵਾਗ ਤੇ ਗੁੱਲ ਵਾਗ ਇਹ ਘੋੜੇ ਫੜੇ ਨੇ, ਉਹਨਾਂ ਘੋੜਿਆਂ ਦਾ ਬਦਲਾ ਲਵੇ। ਉੱਠਿਆ ਕੌਣ? ਕਾਬਲ ਦਾ ਸੂਬਾ ਲੱਲਾ ਵੇਗ। ਲੱਲਾ ਵੇਗ ਕਹਿੰਦਾ ਮਹਾਰਾਜ ਮੈਂ 5 ਦਿਨਾਂ ਦੇ ਅੰਦਰ ਅੰਦਰ ਛੇਵੇਂ ਪਾਤਸ਼ਾਹ ਨੂੰ, ਛੇਵੇਂ ਗੁਰੂ ਨੂੰ ਬੰਨ ਕੇ ਮੁਸ਼ਕਾਂ ਦੇ ਕੇ ਤੁਹਾਡੇ ਭੇਟ ਕਰ ਦੂੰਗਾ।
ਤੇ ਉਹਨੇ ਸ਼ਾਹਜਹਾਨ ਨੇ ਇੱਕ ਤਾਂ ਕੰਗਣਾ ਦੀ ਜੋੜੀ, ਪਾਨਾਂ ਦਾ ਬੀੜਾ, ਤਲਵਾਰ ਇਹ ਦਿੱਤੀ। ਕਹਿੰਦੇ ਵੀ ਇਹ ਤਾਂ ਤੈਨੂੰ ਇਨਾਮ ਅੱਜ, ਤੇ ਜਦੋਂ ਤੂੰ ਛੇਵੇਂ ਗੁਰੂ ਨੂੰ ਬੰਨ ਕੇ ਲਿਆਇਆ, ਅੱਜ ਤੂੰ ਚੌਗੁਣਾ ਇਨਾਮ ਤੈਨੂੰ ਫੇਰ ਦਿਆਂਗੇ। ਲਾਹੌਰ ਲੱਗੇ ਹੋਏ ਦਰਬਾਰ ਦੇ ਵਿੱਚੋਂ ਜੋਸ਼ ਚ ਆ ਕੇ ਲੱਲਾ ਵੇਗ ਕਹਿੰਦਾ, ਓਏ ਗੁਰੂ ਮੇਰੇ ਮੂਹਰੇ ਚੀਜ਼ ਕੀ ਹੈ? ਮੈਂ 5 ਦਿਨਾਂ ਦੇ ਅੰਦਰ ਅੰਦਰ ਗੁਰੂ ਨੂੰ ਬੰਨ ਕੇ, ਘੋੜੇ ਵੀ ਬੰਨ ਕੇ ਤੁਹਾਡੇ ਭੇਟਾ ਕਰ ਦੂੰਗਾ। ਲਓ ਹੰਕਾਰ ਚ ਆ ਕੇ, ਜੋਸ਼ ਚ ਆ ਕੇ ਲੱਲਾ ਵੇਗ ਭਲਾ ਇਉਂ ਕਹਿੰਦਾ, ਨੰਗੀ ਤੇ ਗਟਕਾਤੀ ਉੱਪਰ ਬੀੜਾ ਪਾਨਾ ਦਾ, ਰਹੇ ਯੋਧਿਆਂ ਤਾਈ ਹਰ ਦਮ ਜੰਗ ਮੈਦਾਨਾਂ ਦਾ। ਹੋਸ਼ ਟਕਾਣੇ ਆ ਜੋ ਜਦ ਜਾ ਪਾਚੜ ਪਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਆਲੇ ਲੱਲਾ ਵੇਗ ਦਾ ਵੇਗ ਮੌਤ ਵੀ ਰੋਕ ਨਹੀਂ ਸਕਦੀ, ਉਹ ਕੁਦਰਤ ਰਾਣੀ ਰਣ ਭੂਮੀ ਵਿੱਚ ਸੋਚ ਨਹੀਂ ਸਕਦੀ। ਕਾਬਲ ਦਾ ਇਤਿਹਾਸ ਅਸੀਂ ਹੁਣ ਨਵਾਂ ਰਚਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਆਲੇ ਕੁਮਰ ਵੇਗ ਇੱਕ ਛੋਟਾ ਭਾਈ ਲੱਲਾ ਵੇਗ ਦਾ, ਭਾਈ ਲੱਲਾ ਵੇਗ ਦਾ, ਉਹ ਵਿੱਚ ਰਣਾ ਦੇ ਸੁੱਕੇ ਅੰਬਰੋਂ ਬਿਜਲੀ ਡੇਗਦਾ। ਰਣ ਵਿੱਚ ਦੋਵੇਂ ਭਾਈ ਦਿਨ ਤੋਂ ਰਾਤ ਬਣਾਵਾਂਗੇ, ਦਿਨ ਤੋਂ ਰਾਤ ਬਣਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਨਾਲੇ ਲੱਲਾ ਵੇਗ ਦੇ ਨਾਲ ਜਾਨ ਪੁੱਤਰਾਂ ਦਾ ਜੋੜਾ ਸੀ, ਧਨੀ ਤੇਗ ਦੇ ਗਾਜੀ ਰਣ ਮੇ ਮਾਰਨ ਲੋੜਾ ਸੀ। ਮੁਗਲ ਰਾਜ ਦੇ ਚੰਡੇ ਸ਼ਹਿਰ ਲਾਹੌਰ ਚਲਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਉਹ ਤਾਂ ਕੁੜੀ ਲੈ ਗਿਆ ਕਾਜੀ ਦੀ, ਉਹ ਅਗਨੀ ਭੜਕ ਰਹੀ ਸਾਡੇ ਅਗਨੀ ਭੜਕ ਰਹੀ, ਉਹ ਮਫਲ ਸਖਾਂ ਦੀ ਮੌਤ ਕਾਲ ਜੇ ਅੰਦਰ ਰੜਕ ਰਹੀ। ਕਹਿੰਦਾ ਦੱਸੋ ਜਿਵੇਂ ਕਰਾਂ ਨਾ ਤੇ ਫਤਵੇ ਲਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਉਹ ਨਾਲ ਲਾਈਆਂ ਤੁਰਤ ਟਕੋਰਾ, ਲਾਈਆਂ ਤੁਰਤ ਟਕੋਰਾ, ਤੌਂਸੇ ਫੌਜਾਂ ਚੜੀਆਂ ਨੇ ਉੱਤੇ, ਫੌਜਾਂ ਚੜੀਆਂ ਨੇ, ਉਹ ਦਿਨ ਤੋਂ ਰਾਤ ਬਣਾਤੀ ਅੰਬਰ ਗਰਦਾਂ ਚੜੀਆਂ ਨੇ। ਉਹ ਮੱਚਣਗੇ ਸ਼ਮਸ਼ਾਨ ਕਹਿਰ ਦੇ ਲਾਂਬੂ ਲਾਵਾਂਗੇ, ਕਹਿਰ ਦੇ ਲਾਂਬੂ ਲਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। ਉੱਥੇ ਅੱਗੇ ਰਾਜਾ ਸਤਿਗੁਰ ਸੀ ਕੁਦਰਤ ਦੇ ਰਾਜ ਦਾ, ਦਸ ਬਰਾੜਾ ਕਿਵੇਂ ਗੁਜ਼ਰਿਆ ਜੰਗ ਮਹਾਰਾਜ ਦਾ। ਸ਼ਾਮ ਕਹੇ ਗੁਰਵਿੰਦਰ ਆਪਾਂ ਹੱਥ ਦਖਲਾਵਾਂਗੇ, ਆਪਾਂ ਹੱਥ ਦਖਲਾਵਾਂਗੇ, ਦੋਵੇਂ ਘੋੜੇ ਪਕੜ ਗੁਰੂ ਨੂੰ ਬੰਨ ਲਿਆਵਾਂਗੇ। 1000 ਫੌਜ ਲੈ ਕੇ ਲਾਹੌਰੋਂ ਲੱਲਾ ਵੇਗ ਮਾਰੋ ਮਾਰ ਕਰਦਾ ਚੜਿਆ ਆਉਂਦਾ, ਉਹਦਾ ਭਾਈ ਨਾਲ ਕਮਰ ਵੇਗ, ਉਹਦਾ ਪੁੱਤਰ ਸ਼ਮਸ਼ ਵੇਗ, ਔਰ ਨਾਲ ਉਹਦੇ ਉਹਦਾ ਸਲਾਹਕਾਰ ਸੀ ਇੱਕ ਹਸਨ ਵੇਗ। ਇਹ ਕਾਬਲ ਦੇ ਬਹਾਦਰ ਸੂਬੇ ਅਫਗਾਨਿਸਤਾਨ ਦੇ ਜਰਨਲ ਚੜੇ ਆਉਂਦੇ ਆ। ਕਹਿੰਦਾ ਲੱਲਾ ਵੇਗ, ਕਹਿੰਦਾ ਛੇਵੇਂ ਗੁਰੂ ਨੇ ਲੋੜਾ ਕਿਹੋ ਜਿਹਾ ਮਾਰਿਆ? ਪਹਿਲਾਂ ਤਾਂ ਰੁਸਤਮ ਖਾਂ ਲੜਕੀ ਦੀ, ਰੁਸਤਮ ਖਾਂ ਕਾਜੀ ਦੀ ਲੜਕੀ ਲੈ ਗਿਆ ਕੌਲਾਂ, ਉਹ ਅੱਗ ਹਿਰਦੇ 'ਚ ਭੜਕ ਰਹੀ ਹੈ।
ਫਿਰ ਜਦੋਂ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ ਉਦੋਂ ਇਹਨੇ ਪਿਸ਼ਾਵਰ ਦਾ ਸੂਬਾ ਅਬਦੁਲ ਖਾਂ ਮਾਰਿਆ। ਪਿਸ਼ਾਵਰ ਦਾ ਸੂਬਾ ਅਬਦੁੱਲੇ ਖਾਂ, ਇਹਨੇ ਉਹਦੀ ਮੌਤ ਕੀਤੀ ਪਿਸ਼ਾਵਰ ਦੇ ਸੂਬੇ ਦੀ। ਤੇ ਜਦੋਂ ਆ ਹਰਗੋਬਿੰਦਪੁਰੇ ਦਾ ਜੰਗ ਹੋਇਆ ਉਦੋਂ ਇਹਨੇ ਉਦੋਂ ਵੀ ਇਹਨੇ ਬੰਦਾ ਇੱਕ ਸੂਬਾ ਮਾਰਿਆ ਸੀ। ਸੋ ਗੁਰਮੁਖ ਪਿਆਰਿਓ ਉਹ ਕਹਿੰਦਾ ਇੰਨੇ ਬੰਦਿਆਂ ਨੂੰ ਮਾਰਨ ਵਾਲਾ, ਇੰਨੀਆਂ ਕਾਜ਼ੀਆਂ ਦੀਆਂ ਲੜਕੀਆਂ ਲਿਜਾਣ ਵਾਲਾ, ਧੱਕੇ ਨਾਲ ਵਸਾਉਣ ਵਾਲਾ ਮੈਂ ਲਿਆਊਂਗਾ ਉਹਨੂੰ ਫੜ ਕੇ। ਉਹਦਾ ਸਲਾਹਕਾਰ ਸੀ ਜਿਹੜਾ ਹਸਨ ਬੇਗ, ਉਹਨੂੰ ਕਹਿੰਦਾ ਲੱਲਾ ਬੇਗ, ਕਹਿੰਦਾ ਵੀ ਇਉਂ ਕਰ, ਅਸੀਂ ਤਾਂ ਆਵਾਂਗੇ ਆਪਦੀ ਚਾਲ, ਤੂੰ ਜਾ ਕੇ ਪਤਾ ਕਰ ਵੀ ਗੁਰੂ ਕੋਲੇ ਸੈਨਾ ਕਿੰਨੀ ਕੁ ਹੈ, ਉਹ ਬੰਦਿਆਂ ਨੂੰ ਮਾਰਦਾ ਹੈ, ਕਿੰਨਾ ਕੁ ਬੰਦਾ ਹੈ ਉਹਦੇ ਕੋਲੇ, ਜਿੰਨੀ ਉਹਦੀ ਸੀ ਆਈ ਡੀ ਸਾਰੀ ਪਤਾ ਕਰਕੇ ਆ। ਲੱਲਾ ਬੇਗ ਕਹਿੰਦਾ, ਹਸਨ ਬੇਗ ਕਹਿੰਦਾ ਜੀ ਸੱਤ ਬਚਨ, ਚਲਿਆ ਗਿਆ ਘੋੜਾ ਲੈ ਕੇ ਗਾਂਹ ਨੂੰ ਤੁਰ ਗਿਆ। ਤੇ ਇਹ ਪੰਜ ਜਥੇਦਾਰ ਸੀ ਹੁਣ ਛੇਵੇਂ ਪਾਤਸ਼ਾਹ ਦੇ ਪੰਜ, ਬਾਬਾ ਜੇਠਾ, ਬਾਬਾ ਲੰਗਾ, ਬਾਬਾ ਪ੍ਰਾਣਾ, ਬਾਬਾ ਪਿਆਰਾ ਔਰ ਬਾਬਾ ਬਿਧੀ ਚੰਦ ਤੇ ਭਾਈ ਭੱਲਣ ਅਰਗੇ। ਇਹਨਾਂ ਤੇ ਕਹਿੰਦੇ ਵੀਹ ਵੀਹ ਗਜ ਦਾ ਕੰਬਲ ਆਉਂਦਾ ਹੁੰਦਾ, ਵੀਹ ਵੀਹ ਗਜ ਦਾ ਪਹਾੜੀਆਂ ਵਰਗੇ ਯੋਧੇ। ਹਸਨ ਬੇਗ ਕਹਿੰਦਾ ਵੀ ਇਹ ਬੰਦੇ ਨੇ ਇੱਕ ਪਹਾੜ। ਤੇ ਗੁਰਮੁਖ ਪਿਆਰਿਓ ਪਤਾ ਕਰਨ ਗਿਆ ਤੇ ਬਿਧੀ ਚੰਦ ਨੇ ਦੇਖ ਲਿਆ ਬਈ ਇਹ ਬੰਦਾ ਆਪਣਾ ਨਹੀਂ ਹੈ, ਇਹ ਬੰਦਾ ਮੁਗਲੀਆ ਸੰਤਨਤ ਕੋਈ ਹੋਰ ਬੰਦਾ, ਇਹ ਸਾਡੀ ਸੀ ਆਈ ਡੀ ਲੈਂਦਾ ਨੂੰ ਫੜ ਲਿਆ। ਹਸਨ ਬੇਗ ਨੂੰ ਕਹਿੰਦਾ ਵੀ ਬੋਲ ਤੂੰ ਕੌਣ ਹੈ? ਬਿਧੀ ਚੰਦ ਕਹਿੰਦਾ, ਉਹ ਕਹਿੰਦਾ ਜੀ ਮਾਰੋ ਚਾਹੇ ਛੱਡੋ, ਕਹਿੰਦੇ ਨਹੀਂ ਹੁਣ ਤਾਂ ਕਰ ਦਿਆਂਗੇ ਟੁਕੜੇ, ਨਹੀਂ ਤਾਂ ਬੋਲ। ਉਹਨੂੰ ਫਿਰ ਕਹਿਣਾ ਪਿਆ ਵੀ ਮੈਂ ਲੱਲਾ ਬੇਗ ਦਾ ਸਲਾਹਕਾਰ ਹੈ, ਹਸਨ ਬੇਗ ਮੇਰਾ ਨਾਮ ਹੈ ਤੇ ਐ ਆਉਂਦੇ ਮੈਂ ਸੀ ਆਈ ਡੀ ਲੈਣ ਆਇਆ। ਉਹ ਕਹਿੰਦੇ ਚਲੋ ਗੁਰੂ ਜੀ ਕੋਲੇ ਲੈ ਕੇ ਚੱਲੋ, ਗੁਰੂ ਜੀ ਕੋਲੇ ਲੈ ਗਏ। ਗੁਰੂ ਜੀ ਕਹਿੰਦੇ ਹਾਂ ਬਈ ਹਸਨ ਬੇਗ ਕਿੱਦਾਂ? ਕਹਿੰਦਾ ਜੀ ਇੱਕ ਗੱਲ ਮੈਂ ਦੇਖ ਲਈ, ਕਹਿੰਦੇ ਬਈ ਆਹ ਜਿਹੜੇ ਤੁਹਾਡੇ ਯੋਧੇ ਨੇ ਪਹਾੜਾਂ ਵਰਗੇ, ਇਹ ਤਾਂ ਸਾਡੇ ਤੋਲਣ ਤੱਕਣ ਤੋਂ ਹੀ ਨਹੀਂ ਬਾਹਰ ਆਉਂਦੇ, ਵੀਹ ਵੀਹ ਗਜ ਦੇ ਕੰਬਲ ਇਹਨਾਂ ਤੇ ਆਉਂਦੇ ਪਹਾੜੀਆਂ ਵਰਗੇ ਯੋਧੇ, ਇਹਨਾਂ ਨੂੰ ਜਿੱਤਾਂਗੇ ਅਸੀਂ, ਇੱਕ ਗੱਲ ਮੈਂ ਦੇਖ ਲਈ। ਛੇਵੇਂ ਪਾਤਸ਼ਾਹ ਕਹਿੰਦੇ ਵੀ ਭੇਤ ਲੈ ਲਿਆ ਸਾਡਾ? ਕਹਿੰਦੇ ਹਾਂਜੀ। ਕਹਿੰਦੇ ਜਾ ਤੈਨੂੰ ਛੁੱਟੀ ਹੈ। ਉਹ ਬਿਧੀ ਚੰਦ ਅਰਗੇ ਕਹਿੰਦੇ ਮਹਾਰਾਜ ਤੁਸੀਂ ਆ ਖੁਫੀਆ ਬੰਦੇ ਸੀ ਆਈ ਡੀ ਨੂੰ ਛੱਡਦੇ ਹੋ, ਜਿਹੜਾ ਸੀ ਆਈ ਡੀ ਲੈਣ ਲੈਂਦਾ ਫਿਰਦਾ ਜਾਲਮ ਨੂੰ ਛੱਡਦੇ ਹੋ। ਉਹ ਛੇਵੇਂ ਪਾਤਸ਼ਾਹ ਕਹਿੰਦੇ ਕਹਿੰਦੇ ਅਜੇ ਤੂੰ ਕੰਮ ਲੈਣਾ ਕੋਈ ਕੰਮ? ਕਹਿੰਦੇ ਵੀ ਮਹਾਰਾਜ ਕੰਮ? ਕਹਿੰਦੇ ਲੱਲਾ ਬੇਗ ਦੀ ਥਾਂ ਤੇ ਕਾਬਲ ਦਾ ਸੂਬਾ ਬਣਾਉਣਾ ਇਹਨੂੰ। ਸੰਗਤਾਂ ਹੈਰਾਨ। ਤੇ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਕਹਿੰਦੇ ਤੈਨੂੰ ਛੁੱਟੀ ਹੈ, ਚਲਿਆ ਗਿਆ ਘੋੜਾ ਲੈ ਕੇ। ਲੱਲਾ ਬੇਗ ਜਿੱਥੇ ਆਪਦੀ ਚਾਲ ਤੇ ਸੈਨਾ ਆ ਰਹੀ ਸੀ ਉਹਨੂੰ ਉਹਨੇ ਦੁਆ ਸਲਾਮ ਕੀਤੀ, ਸਲਿਊਟ ਮਾਰਿਆ। ਲੱਲਾ ਬੇਗ ਕਹਿੰਦਾ ਵੀ ਹਾਂ ਬਈ ਹਸਨ ਬੇਗ ਕੀ ਸੀ ਆਈ ਡੀ ਲਿਆਇਆ? ਲੱਲਾ ਬੇਗ ਨੂੰ ਕਹਿੰਦਾ ਹਸਨ ਬੇਗ, ਕਹਿੰਦਾ ਬਈ ਲੱਲਾ ਬੇਗ ਗੱਲ ਸੁਣ ਲੈ, ਮੈਂ ਤਾਂ ਬਚ ਗਿਆ ਪਰ ਜੇ ਤੂੰ ਜਾਵੇਂਗਾ ਤੂੰ ਨਹੀਂ ਬਚੇਗਾ, ਮੈਂ ਨਿਮਕ ਖਾਨਾ ਤੇਰਾ, ਮੈਂ ਸੱਚ ਬੋਲਦਾ ਝੂਠ ਨਹੀਂ ਮੈਂ ਬੋਲਦਾ। ਲੱਲਾ ਬੇਗ ਕਹਿੰਦਾ ਓਏ ਰਿਸ਼ਵਤ ਲਿਆਇਆ ਤੂੰ ਗੁਰੂ ਤੂੰ? ਕਹਿੰਦਾ ਜੀ ਕੋਈ ਰਿਸ਼ਵਤ ਨਹੀਂ ਲਿਆਇਆ। ਕਹਿੰਦਾ ਜਿਹੜੇ ਉਹਦੇ ਯੋਧੇ ਹੈ ਨਾ ਉਹ ਆਪਣੇ ਤੋਲਣ ਤੱਕਣ ਤੂੰ ਹੀ ਨਹੀਂ ਬਾਹਰ, ਉਹ ਤੋਲੇ ਹੀ ਨਹੀਂ ਜਾਂਦੇ,
ਐਡੇ ਪਹਾੜਾਂ ਵਰਗੇ ਯੋਧੇ ਆ, ਉਹਨਾਂ ਨੂੰ ਜਿੱਤਾਂਗੇ ਆਪਾਂ? ਜੇ ਤਾਂ ਚੰਗੀ ਚਾਹੁੰਦਾ ਹੈ, ਲੱਲਾ ਬੇਗ ਨੂੰ ਕਹਿੰਦਾ ਹੈ, ਹਸਨ ਬੇਗ ਕਹਿੰਦਾ, ਸ਼ਾਹ ਜਹਾਨ ਨੂੰ ਸੰਭਾ ਦੇ ਕੰਗਣਾ ਦੀ ਜੋੜੀ ਤੇ ਪੁਸ਼ਾਕ ਤੇ ਕਿਰਪਾਨ ਤੇ ਤਲਵਾਰ ਤੇ ਪਾਨਾਂ ਦਾ ਬੀੜਾ ਕਹਿ ਦੇ, ਮੈਂ ਨਹੀਂ ਗੁਰੂ ਨੂੰ ਫੜ ਸਕਦਾ, ਤੇ ਨਹੀਂ ਤਾਂ ਫਿਰ ਗੱਲ ਸੁਣ ਲੈ, ਜਿਉਂਦਾ ਨਹੀਂ ਬਚੇਗਾ। ਹੁਣ ਹਸਨ ਬੇਗ ਲੱਲਾ ਬੇਗ ਨੂੰ ਕਹਿੰਦਾ, ਕਹਿੰਦਾ ਉਹ ਚੰਗੀ ਚਾਹੁੰਦਾ ਤਾਂ ਸਾਰੀਆਂ ਫੌਜਾਂ ਜਾਨ ਬਚਾ ਕੇ ਮੁੜ ਜਾਓ, ਇਹ ਜੰਗ ਜਿੱਤਿਆ ਨਹੀਂ ਜਾਣਾ। ਜਿਵੇਂ ਹਸਨ ਬੇਗ ਲੱਲਾ ਬੇਗ ਨੂੰ ਸਹੀ ਸਹੀ ਸੀ ਆਈ ਡੀ ਰਿਪੋਰਟ ਦੱਸਦਾ, ਉਸ ਸਮੇਂ ਦੀ ਕਵਿਤਾ ਸਾਥੀ ਸਭ ਨੂੰ ਹਸਨ ਬੇਗ ਸਮਝਾਵੇ, ਅੱਖੀਂ ਦੇਖਿਆ ਹਾਲ ਸੁਣਾਵੇ। ਸਭ ਨੂੰ ਹਸਨ ਬੇਗ ਸਮਝਾਵੇ, ਅੱਖੀਂ ਦੇਖਿਆ ਹਾਲ ਸੁਣਾਵੇ। ਉਹਦਾ ਦਿਲ ਪਿਆ ਡਰਦਾ ਜਾਵੇ, ਉਹਦਾ ਦਿਲ ਪਿਆ ਡਰਦਾ ਜਾਵੇ। ਨਾਲੇ ਰੋਂਦਾ ਹੱਸਦਾ ਸੀ, ਪੂਰੀ ਸਿਫਤ ਕਰੀ ਨਾ ਜਾਵੇ। ਕਰਦਾ ਤਾਂ ਵੀ ਫਸਦਾ ਸੀ, ਪੂਰੀ ਸਿਫਤ ਕਰੀ ਨਾ ਜਾਵੇ। ਹੇੜੇ ਜੰਗੀ ਬਿਗਲ ਬਜਾਏ, ਆਪਾਂ ਸੁੱਤੇ ਸ਼ੇਰ ਜਗਾਏ। ਜਿਹੜੇ ਜੰਗੀ ਬਿਗਲ ਬਜਾਏ, ਆਪਾਂ ਸੁੱਤੇ ਸ਼ੇਰ ਜਗਾਏ। ਤੰਬੂ ਦਸਣ ਮੌਤ ਦੇ ਲਾਏ, ਹੈ ਕੋਈ ਬਰ ਤੋਗਾ ਪਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਇਹ ਜੰਗ ਜਿੱਤਿਆ ਨਹੀਂ ਜਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਬਈ ਮੈਂ ਤਾਂ ਰਮ ਜੇ ਉਹਨਾਂ ਦੀ ਝਾੜੀ, ਬੱਚਰਾ ਕਰੜੇ ਦਲੇ ਹੋ ਪਾਣੀ, ਕਰਦੇ ਪੁਸ਼ਪ ਪੜਨ ਜਦ ਬਾਣੀ, ਕਿਰਦੇ ਪੁਸ਼ਪ ਪੜਨ ਜਦ ਬਾਣੀ। ਮੌਤ ਦੇ ਰੋਕੇ ਰੁਕਦੇ ਨਾ, ਉੱਚੇ ਪਰਬਤ ਵਰਗੀ ਚੋਟੀ, ਕਦੇ ਹਿਮਾਲੇ ਚੁੱਕਦੇ ਨਾ, ਉੱਚੇ ਪਰਬਤ ਵਰਗੀ ਚੋਟੀ। ਤਾਂ ਜੋ ਦੇ ਸ਼ੈਲ ਸ਼ਬੀਲੇ, ਕਾਲੇ ਨਾਗ ਜਾਣ ਨਾ ਕੀਲੇ, ਡੇਰੇ ਲੱਗਣੇ ਸਮਸ਼ਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਇਹ ਜੰਗ ਜਿੱਤਿਆ ਨਹੀਂ ਜਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਬਈ ਮੈਨੂੰ ਪਕੜ ਗੁਰੂ ਕੋਲੇ ਲੈ ਗਏ, ਮੈਨੂੰ ਪਕੜ ਗੁਰੂ ਕੋਲ ਲੈ ਗਏ। ਮੇਰੇ ਬੁਰਜ ਖੁਸ਼ੀ ਦੇ ਟਹਿ ਗਏ, ਕਿਹੜੇ ਮੌਤ ਡੈਣ ਦੇ ਪੈ ਗਏ। ਲੇਖ ਜੋ ਮੱਥੇ ਦੇ ਹਾਰੇ ਨੇ, ਜਾਲੂ ਕਿਰਪਾਲੂ ਗੁਰ ਯੋਧਾ ਬਖਸ਼ ਲਿਆ, ਬਖਸ਼ਣ ਹਾਰੇ ਨੇ, ਜਾਲੂ ਕਿਰਪਾਲੂ ਗੁਰ ਯੋਧਾ। ਲੱਲਾ ਬੇਗ ਖੁਸ਼ੀ ਵਿੱਚ ਆਵੇ, ਅਮੀ ਜਲ ਗਿੱਦੜਾ ਨੋ ਨਾ ਪਾਵੇ। ਕੁੱਤਾ ਕਿਸ ਵੇਦ ਚੌਲ ਪਚਾਵੇ, ਕੁੱਤਾ ਕਿਸ ਵੇਦ ਚੌਲ ਪਚਾਵੇ। ਸੀਗਾ ਜੋਦਾ ਜਰਮਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਇਹ ਜੰਗ ਜਿੱਤਿਆ ਨਹੀਂ ਜਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਜੋ ਗੁਰਬਿੰਦਰ ਸ਼ਾਮ ਬੁਲਾਰੇ, ਗਾਉਂਦੇ ਗੁਣ ਪ੍ਰਭੂ ਦੇ ਪਿਆਰੇ। ਦੁੱਧੋ ਨੀਰ ਬਰਾੜ ਨਖਾਰੇ, ਦੁੱਧੋ ਨੀਰ ਬਰਾੜ ਨਖਾਰੇ। ਔਖਾ ਸੁਰ ਵਿੱਚ ਹੈ ਗਾਣਾ, ਵਾਪਸ ਮੁੜ ਜੋ ਜਾਨ ਬਚਾ ਕੇ। ਇਹ ਜੰਗ ਜਿੱਤਿਆ ਨਹੀਂ ਜਾਣਾ, ਵਾਪਸ ਮੁੜ ਜੋ ਜਾਨ ਬਚਾ ਕੇ।
ਲੱਲਾ ਬੇਗ ਨੂੰ ਹਸਨ ਬੇਗ ਕਹਿੰਦਾ ਕਹਿੰਦਾ ਜੇ ਚੰਗੀ ਚਾਹੁੰਦਾ ਹੈ ਨਾ ਤਾਂ ਜਾਨ ਬਚਾ ਕੇ ਮੁੜ ਜਾ, ਨਹੀਂ ਤਾਂ ਫਿਰ ਜਾਉਂਦਾ ਨਹੀਂ ਆਵੇਂਗਾ ਵਾਪਸ, ਮੈਂ ਨਿਮਕ ਖਾਨਾ ਤੇਰਾ। ਹਸਨ ਬੇਗ ਦੇ ਦੋ ਮਾਰੇ ਜੁੱਤੇ, ਕਹਿੰਦਾ ਵੀ ਚੱਲ ਆਪਦੇ ਘਰ ਨੂੰ, ਤੂੰ ਨੀ ਸਾਡਾ, ਤੂੰ ਕੀ ਸਿਆੜੀ ਸਾਨੂੰ ਦੇਗਾ, ਤਰੀਫਾ ਕਰਦਾ ਤੂੰ ਗੁਰੂ ਦੀਆਂ। ਹੁਣ ਇੱਕ ਗੱਲ ਇੱਥੇ ਆਈ ਹੈ ਵੀ ਅਵੇਂ ਜਲ ਗਿੱਦੜਾਂ ਨੂੰ ਨਾ ਪਾਵੇ। ਇੱਕ ਸਵੰਤੀ ਬੂੰਦ ਹੁੰਦੀ ਹੈ, ਉਹ ਜੇ ਬਾਂਸ ਤੇ ਪੈ ਜਾਏ ਨਾ, ਬਾਂਸ ਏਡਾ ਮਾੜਾ ਬੰਸ ਲੋਚਨ ਪੈਦਾ ਹੋ ਜੂ, ਇਹ ਵਿਦਵਾਨ ਸਮਝਦੇ ਹੈ। ਤੇ ਜੇ ਉਹ ਸਿੱਪੀ ਤੇ ਪੈ ਜਾਏ, ਮਾਣਕ ਪੈਦਾ ਹੋ ਜੂ, ਹਾਥੀ ਦੇ ਮੱਥੇ 'ਚ ਪੈ ਦੇ ਤੇ ਮੋਤੀ ਪੈਦਾ ਹੋ ਜੂ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾ ਆਏ। ਤੇ ਜੇ ਕਹਿੰਦੇ ਉਹ ਗਿੱਦੜ ਦੇ ਸਿਰ 'ਚ ਪੈ ਜੇ, ਗਿੱਦੜ ਕਹਿੰਦੇ ਹਲਕ ਕੇ ਮਰ ਜੂ। ਹੁਣ ਤੁਸੀਂ ਕੀ ਗਿੱਦੜ ਦਾ ਕਸੂਰ, ਸਵੰਤੀ ਬੂੰਦ ਦਾ ਕਸੂਰ ਗਿਣੂਗੇ? ਨਹੀਂ ਨਹੀਂ। ਹੁਣ ਲੱਲਾ ਵੇਗ ਤਾਂ ਸਮਝੋ ਗਿੱਦੜ ਕੰਪਨੀ, ਉਹ ਹੰਕਾਰ ਚ ਆ ਕੇ ਕਹਿੰਦਾ ਓਏ ਗੁਰੂ ਮੇਰੇ ਮੂਹਰੇ ਚੀਜ਼ ਕੀ ਹੈ। ਲਓ ਹੁਣ ਹਸਨ ਬੇਗ ਫਿਰ ਛੇਵੇਂ ਪਾਤਸ਼ਾਹ ਕੋਲੇ ਆ ਗਿਆ ਘੋੜਾ ਲੈ ਕੇ, ਕਹਿੰਦਾ ਮਹਾਰਾਜ ਹੁਣ ਮੈਨੂੰ ਆਪਦਾ ਬਣਾ ਲਓ, ਆਪਦਾ। ਜਿਹੜਾ ਗੁਰੂ ਦਾ ਬਣ ਜਾਂਦਾ ਨਾ ਗੁਰੂ ਪਿਆਰਿਓ, ਉਹਨੂੰ ਸਭ ਚੀਜ਼ਾਂ ਮਿਲ ਜਾਂਦੀਆਂ। ਹਸਨ ਬੇਗ ਨੂੰ ਕਹਿੰਦੇ ਛੇਵੇਂ ਪਾਤਸ਼ਾਹ ਵੀ ਬਹਿ ਜਾ। ਵਿਧੀ ਚੰਦ ਜੀ ਕਹਿੰਦੇ ਮਹਾਰਾਜ ਪਹਿਲਾਂ ਸਾਰੀ ਸੀ ਆਈ ਡੀ ਲੈ ਗਿਆ, ਹੁਣ ਤੁਸੀਂ ਇਹਨੂੰ ਆਪਦਾ ਬਣਾਉਣ ਨੂੰ ਫਿਰਦੇ ਹੋ। ਉਹ ਮਹਾਰਾਜ ਕਹਿੰਦੇ ਕੋਈ ਨੀ ਸੰਗਤ ਜੀ, ਵਿਧੀ ਚੰਦ ਇਹ ਤੂੰ ਕੰਮ ਲੈਣਾ ਹਜੇ। ਹੁਣ ਉਧਰੋਂ ਮਾਰੋ ਮਾਰ ਕਰਦਾ ਲੱਲਾ ਵੇਗ ਵੀ ਆ ਰਿਹਾ। ਉਹਨੇ ਕੀ ਕੀਤਾ, 20,000 ਫੌਜ ਤਾਂ ਛੱਡਤੀ ਪਿੱਛੇ, 10,000 ਦੀ ਟੁਕੜੀ ਲੈ ਕੇ ਪਹਿਲਾਂ ਲੱਲਾ ਵੇਗ ਸਾਹਮਣੇ ਗਿਆ। ਉਹ ਕਹਿੰਦਾ ਗੁਰੂ ਕੋਲੇ ਤਾਂ 5,000 ਬੰਦਾ, ਆਪਾਂ 10,000 ਅੱਜੇ ਕਰ ਦਿੰਦੇ ਸਭ ਸਫਾਇਆ। ਲਓ ਸੁਣੋ ਫਿਰ ਬਈ, ਛੇਵੇਂ ਪਾਤਸ਼ਾਹ ਦੇ ਉੱਤੇ 10,000 ਦੀ ਜਿਹੜੀ ਟੁਕੜੀ ਦਾ ਧਾਵਾ ਲੱਲਾ ਵੇਗ ਜਿਵੇਂ ਬੋਲਦਾ ਸਰ ਕਰਕੇ, ਜਿਹੜੀ ਮਨ ਚੋਂ ਖਿੱਚਦਾ ਤਲਵਾਰ, ਕਹਿੰਦਾ ਗੁਰੂ ਮੇਰੇ ਮੂਹਰੇ ਚੀਜ਼ ਕੀ ਹੈ, ਮੈਂ ਅੱਜ ਖਤਮ ਕਰ ਦਊਂਗਾ। ਲਓ ਸੁਣੋ ਬਈ, 10,000 ਦੀ ਟੁਕੜੀ ਦਾ ਧਾਵਾ ਲੱਲਾ ਵੇਗ। ਰਹਿੰਦਾ ਦਿਨ ਚਾਰ ਕੜੀ ਸੀ, ਯੋਧੇ ਟਕਰਾਏ ਨੇ, ਚੰਡੇ ਚੜ ਗਏ ਟੂਲ ਦੇ, ਖੰਡੇ ਖੜਕਾਏ ਨੇ, ਹਾੜਾਂ ਦੀ ਜਿਵੇਂ ਹਨੇਰੀ ਤੇਜੀ ਓ ਫੜ ਗਏ ਨੇ, ਯੋਧੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ, ਯੋਧੇ ਤਰਸੀ ਸਤਲੀ ਤੇ, ਏਦਾਂ ਦਾ ਇਕੱਠ ਮਿਲ ਗਿਆ ਭੁੱਖੇ ਜੇ ਸ਼ੇਰਾਂ ਨੂੰ, ਕਬਜੇ ਸੀ ਕਰਨਾ ਚਾਹੁੰਦੇ ਪਰਬਤ ਸਮੇਰਾਨ, ਜ਼ੁਲਮਾਂ ਦੀ ਰਾਤ ਅਡਾਉਣੀ ਸੂਰਜ ਬਣ ਚੜ ਗਏ ਨੇ, ਯੋਧੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ, ਯੋਧੇ ਤਰਸੀ ਸਤਲੀ ਤੇ, ਬਿਜਲੀ ਜੋ ਲਿਸ਼ਕਣ ਖੰਡੇ, ਬਿਜਲੀ ਚੋ ਲਿਸ਼ਕਣ ਖੰਡੇ, ਪਾਂਬੜ ਚੋ ਮੱਚ ਗਿਆ, ਸਮਝੋ ਗੱਲ ਬਾਰ ਹੋ ਗਈ, ਸੁਪਨਾ ਬਣ ਸੱਚ ਗਿਆ, ਕੀਲੇ ਨਾ ਜਾਣ ਕਿਸੇ ਤੋਂ ਨਾਗਾ ਜੋ ਲੜ ਗਏ ਨੇ, ਯੋਧੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ, ਯੋਧੇ ਤਰਸੀ ਸਤਲੀ ਤੇ, ਜਾਲਮ ਦਲ ਢੇਰੀ ਕਰਤਾ ਜਾਂਦੇ ਸਭ ਮੁੱਕਦੇ ਨੇ, ਜੇਠਾਂ ਤੇ ਪੈੜਾਂ ਮੁੱਖਾਂ ਰੁਕੇ ਨਾ ਰੁਕਦੇ ਨੇ, ਸੱਥਰ ਜਾ ਵਿਛਦਾ ਜਾਵੇ ਤੁੰਬੇ ਜਿਉਂ ਮੜ ਗਏ ਨੇ, ਜੋ ਦੇ ਤਰਸੀਸ
ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ ਜੋਦੇ ਤਰਸੀ ਸਤਲੀ ਤੇ ਆਇਆ ਜਦ ਕਮਰ ਬੇਗ ਸੀ ਹੋ ਪਾਈ ਬਣ ਮੇਗ ਦਾ ਵੱਜਿਆ ਇੱਕ ਬਾਰ ਧੌਣ ਤੇ ਪੱਲਣ ਦੀ ਤੇਗ ਦਾ ਡਿੱਗਿਆ ਜਦ ਕਮਰ ਬੇਗ ਸੀ ਜ਼ਾਲਮ ਸਭ ਸੜ ਗਏ ਨੇ ਯੋਧੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ ਯੋਧੇ ਤਰਸੀ ਸਤਲੀ ਤੇ ਸੂਰਜ ਵੀ ਅਸਤ ਹੋ ਗਿਆ ਭਾਜੜ ਜੀ ਪੈ ਗਈ ਐ ਸੈਨਾ ਸਭ ਖਤਮ ਹੋ ਗਈ ਢੇਰੀ ਜੀ ਟਹਿ ਗਈ ਐ ਛੁਪ ਗਏ ਜਾਂ ਚੰਡੀ ਦਦਾ ਛੁਪ ਗਏ ਜਾਂ ਚੰਡੀ ਦਦਾ ਰੋਟ ਜੇ ਰਲ ਗਏ ਨੇ ਜੋਦੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ ਜੋਦੇ ਤਰਸੀ ਸਤਲੀ ਤੇ ਬਈ ਇੰਨਾ ਕਿਉਂ ਫਰਕ ਫੌਜ ਦਾ ਇੰਨਾ ਕਿਉਂ ਫਰਕ ਫੌਜ ਦਾ ਸੋਚਣ ਦੀਆਂ ਗੱਲਾਂ ਨੇ ਸਤਿਗੁਰ ਦੇ ਚਰਨ ਬਰਾੜਾ ਅੰਮ੍ਰਿਤ ਦੀਆਂ ਛੱਲਾਂ ਨੇ ਸ਼ਾਹਮ ਗੁਰਬਿੰਦਰ ਕਹਿੰਦੇ ਮੋਤੀ ਜੇ ਜੜ ਗਏ ਨੇ ਯੋਧੇ ਤਰਸੀ ਸਤਲੀ ਤੇ ਰਣ ਦੇ ਵਿੱਚ ਵੜ ਗਏ ਨੇ ਯੋਧੇ ਤਰਸੀ ਸਤਲੀ ਤੇ ਸੋ ਗੁਰੂ ਪਿਆਰੋ ਬਸ ਆਖਰੀ ਕਵਿਤਾ ਕਹਿ ਕੇ ਸਮਾਪਤੀ ਕਰਨੀ ਹੈ ਕਿਉਂਕਿ ਧੰਨਵਾਦ ਹੈ ਸਾਰੀ ਗੁਰਸੰਗਤ ਦਾ ਭਾਈ ਲਖਵੀਰ ਸਿੰਘ ਜੀ ਲੱਖਾ ਤਖਤਪੁਰੇ ਵਾਲੇ ਜੋ ਲਾਈਵ ਰਿਕਾਰਡਿੰਗ ਵੀ ਕਰ ਰਹੇ ਨੇ ਤੇ ਮਹਾਨ ਵਿਦਵਾਨ ਗਿਆਨੀ ਕੁਲਵੰਤ ਸਿੰਘ ਜੀ ਮਾਣੂ ਕੇ ਸੋ ਆਪਾਂ ਨੂੰ ਬੈਠ ਕੇ ਮੂਹਰੇ ਸੁਣ ਵੀ ਰਹੇ ਨੇ ਤੇ ਜਿਹੜੀ ਕੋਈ ਕਮੀ ਪੇਸ਼ੀ ਹੋਊਗੀ ਮੈਨੂੰ ਬਾਅਦ 'ਚ ਦੱਸ ਦੇਣਗੇ ਕਿਉਂਕਿ ਮੈਂ ਤਾਂ ਗੁਰਸੰਗਤ ਜੀ ਪਹਿਲੀ ਵਾਰ ਕਵੀਸ਼ਰੀ 'ਚ ਬੋਲਣ ਲੱਗੇ ਹੂੰ ਵੈਸੇ ਮੈਨੂੰ ਸ਼ੌਂਕ ਬਹੁਤ ਹੈ ਮੈਂ ਬਾਬਾ ਬੋਹੜ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਹਿਬ ਉਹਨਾਂ ਨੂੰ ਮੈਂ ਜ਼ਿਆਦਾ ਜਾਣ ਕੇ ਸੁਣਦਾ ਤੇ ਉਹਨਾਂ ਦਾ ਮੈਨੂੰ ਜਾਣ ਕੇ ਉਹਨਾਂ ਦੀ ਕਵਿਤਾ ਗਾਉਣ ਦਾ ਸ਼ੌਂਕ ਵੀ ਹੈ ਅਤੇ ਲੈਕਚਰ ਦਾ ਵੀ ਸ਼ੌਂਕ ਹੈਗਾ ਅਤੇ ਮੈਂ ਧੰਨਵਾਦ ਕਰਦਾ ਲਓ ਧਿਆਨ ਦੇਣਾ ਇੰਨਾ ਬਈ ਫੌਜਾਂ ਦਾ ਫਰਕ ਕਿਉਂ ਹੈ ਸੋਚਣ ਦੀ ਗੱਲ ਇੱਕ ਤਾਂ ਤਨਖਾਹ ਪੇਟ ਪਾਲਣਾ ਗੁਜ਼ਾਰਾ ਕਰਨਾ ਤੇ ਇੱਕ ਤਨ ਮਨ ਧਨ ਗੁਰੂ ਦੇ ਚਰਨਾਂ 'ਚ ਭੇਟਾ ਕਰ ਦੇਣਾ ਫਰਕ ਤਾਂ ਆਪੇ ਹੀ ਹੋਣਾ ਇੰਨਾ ਕਿਉਂ ਫਰਕ ਫੌਜ ਦਾ ਸੋਚਣ ਦੀਆਂ ਗੱਲਾਂ ਨੇ ਸਤਿਗੁਰ ਦੇ ਚਰਨ ਬਰਾੜਾ ਅੰਮ੍ਰਿਤ ਦੀਆਂ ਛੱਲਾਂ ਨੰਦ ਲਾਲ ਜੀ ਇੱਕ ਮੈਨੂੰ ਗੱਲ ਯਾਦ ਆ ਗਈ ਹੁਣ ਵਿੱਚ ਨੰਦ ਲਾਲ ਕਹਿੰਦੇ ਨਾ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਮਹਾਰਾਜ ਮੇਰਾ ਜੀ ਕਰਦਾ ਵੀ ਮੈਂ ਤੁਹਾਨੂੰ ਕੁਛ ਭੇਟਾ ਕਰਾਂ ਇਹ ਸਿਆਲਕੋਟ ਦੇ ਵਪਾਰੀ ਦਾ ਪੁੱਤ ਸੀ ਨੰਦ ਲਾਲ 52 ਕਵੀਆਂ 'ਚੋਂ ਮਹਾਨ ਕਵੀ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਗਮਨ ਕੀਤਾ ਹੈ ਨਾ ਸੱਚਖੰਡ ਉਦੋਂ ਨੰਦ ਲਾਲ ਕੋਲੇ ਸੀ ਕਹਿੰਦਾ ਦਸਵੇਂ ਪਾਤਸ਼ਾਹ ਕਹਿੰਦੇ ਨੰਦ ਲਾਲ ਕੀ ਭੇਟਾ ਕਰੇਗਾ ਕਹਿੰਦਾ ਮਹਾਰਾਜ ਮੇਰਾ ਜੀ ਕਰਦਾ ਵੀ ਜਾਨੀ ਮੈਂ ਸਿਰ ਵੱਢ ਕੇ ਭੇਟਾ ਕਰਦਿਆਂ ਇੰਨਾ ਬਰਾਗ ਕਹਿੰਦੇ ਵੀ ਨੰਦ ਲਾਲ ਸਿਰ ਦਿੱਤਿਆਂ ਤੂੰ ਵੀ ਨਹੀਂ ਮੈਂ ਮਿਲਦਾ ਮੌਤ ਦਾ ਕੀ ਪਤਾ ਅੱਜ ਮਰ ਜਾਏਗਾ ਕੱਲ੍ਹ ਨੂੰ ਅੱਜ ਹੈਗਾ ਕੱਲ੍ਹ ਨੂੰ ਮਰ ਜਾਏਗਾ ਕੋਈ 15 ਮਿੰਟ ਦਾ ਭਰੋਸਾ ਨਹੀਂ ਹੈ ਸਿਰ ਦਿੱਤਿਆਂ ਬਦਲੇ ਵੀ ਨਹੀਂ ਮੈਂ ਮਿਲਦਾ ਮਹਾਰਾਜ ਨੂੰ ਨੰਦ ਲਾਲ ਕਹਿੰਦਾ ਕਹਿੰਦਾ ਮਹਾਰਾਜ ਲੋਕਾਂ ਦੀ ਤਾਂ ਜਾਨ ਨਿਕਲਦੀ ਹੈ ਨਾ ਮੂੰਹ ਥਣੇ ਦੀ ਜਾਂ ਕਿਸੇ ਹੋਰ ਤਰੀਕੇ ਨਾਲ ਮੇਰੀ ਤਾਂ ਜਾਨ ਉਦੋਂ ਨਿਕਲ ਜਾਂਦੀ ਹੈ ਜਦੋਂ ਤੁਸੀਂ ਅੱਖਾਂ ਤੋਂ ਪਰੇ ਹੋ ਜਾਂਦੇ ਹੋ ਇੰਨਾ ਬਰਾਗ ਤੇ ਮੇਰੀ ਬੇਨਤੀ ਇਹ ਬਈ ਸਤਿਗੁਰ ਦੇ ਚਰਨਾਂ 'ਚ ਜਿਹਨੇ ਤਨ ਮਨ ਭੇਟਾ ਕੀਤਾ ਨੰਦ ਲਾਲ ਨੂੰ ਕਹਿੰਦੇ ਦਸਵੇਂ ਪਾਤਸ਼ਾਹ ਕਹਿੰਦੇ ਨੰਦ ਲਾਲ ਕੀ ਮੰਗਦਾ ਕਹਿੰਦਾ ਮਹਾਰਾਜ ਮੈਨੂੰ ਉਹ ਅੱਖਾਂ ਦੇ ਦੇ ਜਿਹੜੀਆਂ ਅੱਖਾਂ ਦੇ ਨਾਲ ਮੈਂ ਤੇਰਾ ਦੀਦਾਰ ਕਰ ਸਕਾਂ
ਹੁਣ ਦੀਦਾਰ ਤਾਂ ਰੋਜ਼ ਕਰਦੇ ਸੀ, ਸਾਹਮਣੇ ਬੈਠੇ ਹੁੰਦੇ, ਪਰ ਉਹ ਅੰਤਿਸ਼ ਕਰਨ ਦੇ ਦਰਸ਼ਨ, ਜਿਹਨੂੰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਕਹਿੰਦੇ ਜ਼ਰੂਰ ਫਿਰ ਐਂ ਕਿਹਾ ਇੱਕਦਮ ਨੰਦ ਲਾਲ ਜੀ ਸਮਾਧੀ ਸੈੱਟ ਹੋ ਗਈ। ਹੁਣ ਇੰਨਾ ਫਰਕ ਕਿਉਂ ਬਈ ਫੌਜਾਂ ਦਾ? ਇਹ ਮੇਰਾ ਕਹਿਣ ਤੋਂ ਭਾਵ ਹੈ ਬਈ ਜਿਹਨੇ ਗੁਰੂ ਦੇ ਚਰਨਾਂ 'ਚ ਤਨ ਮਨ ਧਨ ਭੇਟਾ ਕਰ ਦਿੱਤਾ ਉਹ ਤਾਂ ਭਾਈ ਫਿਰ ਪਾਰ ਹੈ, ਤੇ ਜਿਹਨੇ ਮੇਰੇ ਵਰਗੇ ਨੇ ਵਿਚਾਰੇ ਨੇ ਪੇਟ ਪਾਲ ਕੇ ਗੁਜ਼ਾਰਾ ਕਰਨਾ ਉਹਨੂੰ ਤਾਂ ਕੀ ਹੈ ਪ੍ਰਾਪਤੀ ਹੋਣੀ ਹੈ। ਲਓ ਹੁਣ ਸੁਣੋ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ 10,000 ਤਾਂ ਕਰਤੇ ਨਾ ਸਫਾਇਆ, ਇੰਨੇ ਤਾਂ ਵੱਢਣੇ ਟੁਕਣੇ ਵੀ ਔਖੇ ਨੇ। ਛੇਵੇਂ ਪਾਤਸ਼ਾਹ ਕਹਿੰਦੇ ਫਿਰ ਕੱਲ੍ਹ ਨੂੰ ਸੱਜੀ ਸਾਈਡ ਜੰਗ ਦੇ ਅਸੀਂ ਹੋਵਾਂਗੇ। ਕਹਿੰਦੇ ਉਹ ਜੇ ਲੱਲਾ ਵੇਗ ਬਚ ਗਿਆ ਨਾ ਫਿਰ ਸਾਡੀ ਤੁਹੀਨ ਹੈ, ਲੱਲਾ ਵੇਗ ਨਹੀਂ ਬਚ ਕੇ ਜਾਣਾ ਚਾਹੀਦਾ। ਸੋ ਗੁਰੂ ਪਿਆਰਿਓ, ਲਓ ਹੁਣ ਕਵਿਤਾ ਸੁਣੋ ਆਖਰੀ। ਸੋ ਗੁਰਮੁਖੋ ਪਿਆਰਿਓ ਲੱਲਾ ਵੇਗ, ਛੇਵੇਂ ਪਾਤਸ਼ਾਹ ਕਹਿੰਦੇ ਬਈ ਇਹ ਨਹੀਂ ਬਚ ਕੇ ਜਾਣਾ ਚਾਹੀਦਾ। ਲਓ ਫਿਰ ਜਦੋਂ ਦੂਜਾ ਚੜਿਆ ਦਿਨ, ਛੇਵੇਂ ਪਾਤਸ਼ਾਹ ਨੇ ਕੀਤੀ ਤਿਆਰੀ, ਯੋਧੇ ਹੋ ਗਏ ਤਿਆਰ, ਘੋੜੇ ਕਰ ਲਏ ਤਿਆਰ ਛੇਵੇਂ ਪਾਤਸ਼ਾਹ ਨੇ। ਛੇਵੇਂ ਪਾਤਸ਼ਾਹ ਹੁਣ ਜਿਵੇਂ ਜੰਗ ਦੇ ਵਿੱਚ ਸਰਰ ਕਰਦੀ ਤਲਵਾਰ ਮਿਆਨ ਦੇ ਵਿੱਚ ਖਿੱਚ ਕੇ, ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੰਗ ਕਰਦੇ ਆ, ਬੜੇ ਪਿਆਰ ਦੀ ਕਵਿਤਾ ਸੁਣੋ ਵੀ ਹੇ ਇਉਂ ਕਰ। ਅਲੀ ਖਾਨ ਤੇ ਨਾਰੇ ਖਾਂ ਜਾਲ ਮਾਨੇ, ਚੰਡਾ ਜੰਗ ਦਾ ਗਗਨ ਚੋਲਾ ਦਿੱਤਾ। ਛੇਵੇਂ ਗੁਰੂ ਦੇ ਲਾਡਲੇ ਵੀਰ ਬੰਕੇ, ਕਿਹੜਾ ਜੰਗ ਦਾ ਬਿਗਲ ਬਜਾ ਦਿੱਤਾ। ਖੜਕੀਆਂ ਯੁੱਧਕ ਮਸਾਣ ਦਾ ਸੀ, ਕਿਹੜਾ ਜਿਮੀ ਅਸਮਾਨ ਹੱਲਾ ਦਿੱਤਾ। ਰਤ ਮਿੰਜ ਤੇ ਖੂਨ ਦੀ ਨਦੀ ਚੱਲੀ, ਉਹਨਾਂ ਧਰਤ ਦਾ ਰੰਗ ਬਦਲਾ ਦਿੱਤਾ। ਕਾਸਮ ਬੇਗ ਤੇ ਲੱਲਾ ਦੇ ਪੁੱਤਰਾਂ ਨੇ, ਬਾਬੇ ਕਾਲੇ ਨੇ ਰੇਲ ਚੜਾ ਦਿੱਤਾ। ਉਹ ਕੁਦਰਤ ਰਾਣੀ ਵੀ ਵੇਖ ਹੈਰਾਨ ਹੋ ਗਈ, ਕਾਲੇ ਜੋਗਣਾ ਨੇ ਡੇਰਾ ਲਾ ਦਿੱਤਾ। ਅਲੀ ਖਾਂ ਤੇ ਨਾਰੇ ਖਾਂ ਜਾਲ ਮਾਨੋ, ਉੱਥੇ ਦੋਵਾਂ ਨੂੰ ਮੱਕੇ ਪਹੁੰਚਾ ਦਿੱਤਾ। ਕਾਠੀ ਬਾਦਲ ਵਾਗ ਤੇ ਗੁਰੂ ਜੋਦਾ, ਕੋੜਾ ਸੈਨਾ ਦੇ ਉੱਤੇ ਚੜਾ ਦਿੱਤਾ। ਲੱਲਾ ਬੇਗ ਨੂੰ ਪਤਾ ਸੀ ਲੱਗਾ ਪਿੱਛੋਂ, ਖੰਡਾ ਧੋਣ ਤੇ ਜਦੋਂ ਚਲਾ ਦਿੱਤਾ। ਲੱਲਾ ਬੇਗ ਜਾ ਡਿੱਗਿਆ ਧਰਤੀ ਉੱਤੇ, ਉਹਨੇ ਅੱਲਾ ਦਾ ਵਾਸਤਾ ਪਾ ਦਿੱਤਾ, ਉਹਨੇ ਅੱਲਾ ਦਾ ਵਾਸਤਾ ਪਾ ਦਿੱਤਾ। ਲੱਲਾ ਵੇਗ ਨੂੰ ਜਦੋਂ ਖਤਮ ਕਰ ਦਿੱਤਾ ਤੇ ਉੱਥੇ ਜਿੰਨੀਆਂ ਫੌਜਾਂ ਸੀ ਜਿਹੜੇ ਥੋੜੇ ਬਹੁਤੇ ਰਹਿ ਗਏ ਉਹਨਾਂ ਨੇ ਅੱਲਾ ਦਾ ਵਾਸਤਾ ਪਾਇਆ। ਛੇਵੇਂ ਪਾਤਸ਼ਾਹ ਕਹਿੰਦੇ ਜਾਓ, ਹਸਨ ਬੇਗ ਦੇ ਨਾਲ ਉਹਨਾਂ ਨੂੰ ਰਲਾ ਕੇ ਤੋਰਿਆ। ਫਿਰ ਕਾਬਲ ਦਾ ਰਾਜ ਜਿਹੜਾ ਮੈਂ ਪਿੱਛੇ ਬੇਨਤੀ ਕੀਤੀ ਸੀ ਉਹ ਸ਼ਾਹਜਹਾਨ ਨੇ ਹਸਨ ਬੇਗ ਨੂੰ ਦਿੱਤਾ। ਸੋ ਗੁਰੂ ਪਿਆਰਿਓ, ਛੇਵੇਂ ਪਾਤਸ਼ਾਹ ਮਹਾਰਾਜ ਦਾ ਮਹਾਰਾਜ ਦਾ ਜੰਗ ਬਹੁਤ ਮਸ਼ਹੂਰ, ਜੋ ਆਪਣੇ ਮਾਲਵੇ ਦਾ ਇੱਕੋ ਹੀ ਜੰਗ ਹੋਇਆ। ਸੋ ਗੁਰੂ ਪਿਆਰਿਓ, ਇਹ ਛੇਵੇਂ ਪਾਤਸ਼ਾਹ ਮਹਾਰਾਜ ਨੇ ਜੰਗ ਕੀਤਾ। ਐਵੇਂ ਨਹੀਂ ਭਾਈ ਗੁਰਦਾਸ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬੋ ਪਰ ਉਪਕਾਰੀ। ਜੋ ਛੇਵੇਂ ਪਾਤਸ਼ਾਹ ਮਹਾਰਾਜ ਇਹੋ ਜਿਹੇ ਮਹਾਨ ਯੋਧੇ ਪੈਦਾ ਹੋਏ। ਸੋ ਗੁਰਮੁਖ ਪਿਆਰਿਓ,
ਇੱਥੋਂ ਤੱਕ ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਵਿਚਾਰ ਕਰਦਿਆਂ ਤੋਂ, ਕਿਉਂਕਿ ਪਹਿਲੀ ਵਾਰੀ ਇਸ ਪ੍ਰਸੰਗ ਨੂੰ ਮੈਂ ਪੁੱਤਾਂ ਬੋਲਿਆ, ਕਿਉਂਕਿ ਆਪਾਂ ਤਾਂ ਨਹੀਂ ਕੁਛ ਆਉਂਦਾ, ਤੁਹਾਡੇ ਚਰਨਾਂ ਦੀ ਧੂੜ ਹੈ। ਹੋਈਆਂ ਬੇਅੰਤ ਭੁੱਲਾਂ ਦੇ ਖਿਮਾ, ਹੁਣ ਫਤਿਹ ਗੱਜ ਕੇ ਬੁਲਾਇਓ, ਫਤਿਹ ਗੱਜ ਕੇ ਤਾਂ ਵੀ ਸਾਨੂੰ ਮਹਿਸੂਸ ਹੋ ਸਕੇ ਵੀ ਤੁਸੀਂ ਸਾਡੇ ਪ੍ਰਸੰਗ ਨੂੰ ਐਨ ਵਧੀਆ, ਤੁਸੀਂ ਮੈਨੂੰ ਮਹਿਸੂਸ ਹੋਵੇ ਵੀ ਤੁਸੀਂ ਪਿਆਰ ਦਿੱਤਾ। ਆਓ ਹੁਣ ਸਾਰੀ ਸੰਗਤ ਭੁੱਲਾਂ ਕਰੋ, ਮਾਫ਼ੀ ਖਿਮਾ ਕਰੋ, ਫਤਿਹ ਬੁਲਾਓ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਇਹ ਪ੍ਰਸੰਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ। ਇਹੋ ਜਿਹੇ ਹੋਰ ਵੀ ਮਹਾਨ ਜੱਥੇ ਅਸੀਂ ਤੁਹਾਡੀ ਰੂਬਰੂ ਕਰਦੇ ਰਹਾਂਗੇ। ਤੁਸੀਂ ਵੇਖਦੇ ਰਹੋ GSK TV ਚੈਨਲ ਨੂੰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕੋਨ ਦਾ ਬਟਨ ਜ਼ਰੂਰ ਦਬਾਇਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਖੀਰ ਦੇ ਵਿੱਚ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।